उठो क्या ओ आग ला दिए। आग वो कल वाजे च बोलिया ही वो ना होवे। ओ नहीं नहीं वो आप बाजरे तो बोलिया ही ते कोई नहीं ला देने ही शाम नु बत्ती आनी है। मैं आखन रहा वो ना कणका दे अगे खान जोगिया ने होया उथे दे के दूने सुटांगे। ओ नहीं नहीं दोपहर किन्ने वेखना वा मैं ना चल ते हुण दोपहर दोपहर ला दिए ते शाम नु मोटर वाली बत्ती आनी है ते शाम नु भर दांगे ते गेता गेता कम का लिए मुड़के सारे लाउन डे पे फिर नहीं अग लगनी। हुण हुण ला लिए। खतरा बड़ा कल बोलिया भी डीसी दा नहीं नहीं चलो चलो मैं ना ला लिए हुण दोपहर दोपहर उठो। बापू वेख ला सारी पनीरी भी सो गई हवा वह दी कर इतने कि कठा करना इतो लाना तो मैं कर दवा पानी की बाल्टी भर ला ठीक है तो तुम कठा करो ना चलो सारे पिंड आले सुते आ हुण असीं ला दईए अग चलो भीर तू ध्यान रखी चल इन ऐसी वाह वह जाऊ भजी सर बस चले दफ्तर ताला लाउण कोई नी बस हां हां मैं मंगता भी नाल ही हाँ ठीक है ओके सर जनाब हाँ जी ओ माड़ी पिंड भी कहते पहले आके लाने लगे मैं आप एस डी एम साहब का फोन आया वा कहते भी होके आओ अच्छा चल रोड मारने माड़िया तो भी होवे उन्होंने समझावे ना आके लाओ बाजो बचे अग दे पता नहीं कहते किसी ने लाई ना हो कह भी साडे बत्ती बुत्ती पई है ट्रांसफार्मर सब गल झूठिया जी लोग नहीं मुड़ते डीसी साहब का आर्डर भी तभी नहीं मुड़ते जाके समझा पैना इन्होंने बंदे पुत बनाओगे ना तेरी गल बननी हाँ हाँ तेरी गल सही है चल चल फिर चलो गड्डी ला लिए जनाब गड्डी माड़िया पिंड दे लागे फेरा मार लगी आहो माड़िया पिंड ते परले पासे ही आया फिर तों नाल नाल भी सारा एरिया चक्कर मार लिया ना डीसी साहब दा हुक्म ही भी राउंड करके आयो आहो मैनू साहब ने दसता सी तेरे फोन आउण तों पहला ही मैनू दस्या सी बाकी जनाब दुनिया बहुत सुधर गई आ हुण आ कोरोना दी बीमारी चली ना इहदे करके लोकां दा प्रदूषण रहत वाला जिहड़ा परहेज करके रख्या ना उहदे करके बहुत फर्क पिया वा आहो हुण अग्गे नाल नो अग्ग नहीं लोकां नाल लाई जनाब ओ जिहड़ियां लॉसमेंटां होईयां ना हां जिहड़ियां परसों करवाईयां सी ਉਹਦਾ ਕਰਕੇ ਬੜਾ ਫਰਕ ਪੈ ਗਿਆ ਆ ਦੇਖ ਆ ਤੂੜੀ ਵੀ ਬਣ ਗਈ ਆ ਫਿਰ ਵੀ ਅੱਗ ਨਹੀਂ ਲਾਈ ਕਿਸੇ ਨੇ ਬਿਲਕੁਲ ਬਿਲਕੁਲ ਬਹੁਤ ਸਾਰੇ ਲੋਕ ਜਨਾਬ ਸੁਧਰ ਗਏ ਆ ਸਾਰਿਆਂ ਨੂੰ ਆਪਣੇ ਪਰਿਵਾਰ ਦਾ ਬੱਚਿਆਂ ਦਾ ਸਾਰਾ ਖਿਆਲ ਆ ਦੇਖੋ ਕਿੰਨਾ ਚਿਰ ਬੱਚਿਆਂ ਦੀ ਪੜ੍ਹਾਈ ਖਰਾਬ ਹੋਈ ਆ ਸਕੂਲਾਂ ਦੇ ਸਕੂਲ ਬੰਦ ਕਰ ਦਿੱਤੇ ਆ ਡਾਕਟਰਾਂ ਨੂੰ ਕਿੰਨੀ ਖੇਚਲ ਪਈ ਆ ਜਨਾਬ ਨਾਲੇ ਮੰਗਤਰਾਮ ਵੇਖ ਇੱਕ ਜਿਹੜਾ ਗੱਡੀਆਂ ਬੰਦ ਹੋ ਗਈਆਂ ਆ ਕਰੋਨਾ ਦਾ ਕਰਕੇ ਮਿੱਲਾਂ ਬੰਦ ਹੋ ਗਈਆਂ ਭੱਠੇ ਬੰਦ ਹੋਏ ਉਹ ਪ੍ਰਦੂਸ਼ਣ ਦਾ ਕਿੰਨਾ ਫਰਕ ਪਿਆ ਬਿਲਕੁਲ ਬਿਲਕੁਲ ਜਨਾਬ ਪਰ ਕੋਹ ਜੱਟ ਨਹੀਂ ਹਟਦੇ ਯਾਰ ਅਜੇ ਵੀ ਆਸਮਾਨ 'ਚ ਜਨਾਬ ਪਹਾੜ ਨਜ਼ਰ ਆਉਣ ਦੇ ਆ ਆਹੋ ਆਹ ਵਿਠਵਾ ਪਿੰਡ ਦਾ ਬੋਰਡ ਆ ਇੱਥੋਂ ਬੰਦੇ ਨੂੰ ਪੁੱਛ ਲਈਏ ਹਾਂ ਬਾਬਾ ਜੀ ਹੁਣ ਪੁੱਛ ਲਓ ਬਾਬਾ ਜੀ ਤੁਹਾਡੇ ਪਿੰਡ ਕਿੰਨੇ ਨਾਂ ਨੂੰ ਆਗਦੇ ਨੇ ਨਹੀਂ ਇੱਥੇ ਨਹੀਂ ਆਏ ਤੇ ਤੁਸੀਂ ਲੋਸਮੈਂਟ ਕਰਤੀ ਕਿਸ ਬਾਰੇ ਹਾਂਜੀ ਕੀਤੀ ਤੇ ਸਰ ਲੋਕਾਂ ਨੇ ਠੀਕ ਠਾਕ ਕਰਨਾ ਠੀਕ ਕਿਹੜੇ ਅੱਗ ਨਹੀਂ ਲਾਈ ਕਹਿੰਦੇ ਨੇ ਜੇ ਕੋਈ ਅੱਗ ਲਾਏ ਸਾਨੂੰ ਉਸੇ ਫੋਰ ਰਿਪੋਰਟ ਕਰਨੀ ਹੈ ਦਫ਼ਤਰ ਆਪਣਾ ਵੱਟ ਜਾ ਗੰਦਪੁਰ ਠੀਕ ਹੈ ਜੀ ਠੀਕ ਹੈ ਜੀ ਤੇ ਆਪਣੇ ਮਾੜੀ ਪਿੰਡ ਦਾ ਪਿੰਡ ਕਿੱਧਰ ਪੈਂਦਾ ਜੀ ਆਹ ਇੱਥੇ ਨਹਿਰ ਨਹਿਰ ਜਾ ਕੇ ਅੱਗੇ ਇੱਥੋਂ 2 ਕਿਲੋਮੀਟਰ ਅੱਛਾ ਇਹ ਪਿੰਡ ਆਪਣਾ ਵਿਠਵਾਂ ਤੇ ਚੱਕੋਸ਼ਨ ਹਾਂਜੀ ਹਾਂਜੀ ਠੀਕ ਠੀਕ ਹੈ ਇੱਧਰ ਤਾਂ ਨਹੀਂ ਆਪਣੇ ਅੱਗ ਨਹੀਂ ਕੋਈ ਨਹੀਂ ਆਹ ਫੋਨ ਗਿਆ ਇਹ ਮਾੜੀ ਪਿੰਡ ਪਰਵਾਂ ਤੋਂ ਉੱਥੋਂ ਅੱਗ ਲੋਕੀ ਲਾਉਣ ਦੇ ਤੇ ਉਹ ਨਾ ਤੁਸੀਂ ਪੂਰੇ ਇੱਕ ਦੋ ਵਾਰੀ ਲੋਸਮੈਂਟ ਹੋਰ ਕਰ ਦੇਣੀ ਅਸੀਂ ਸਰਪੰਚ ਸਾਹਿਬ ਕੋ ਉਹਦੇ ਵੀ ਫਿਰ ਕਿੰਨੇ ਮਿਲੇ ਹਾਂ ਕੋਈ ਡੰਗਰ ਬੱਛਾ ਨਹਿਰ 'ਚ ਡਿੱਗ ਜਾਂਦਾ ਸੀ ਉਹ ਵੀ ਬਚ ਗਿਆ ਵੇਖੋ ਪੁਲ ਪੁਲੀਆਂ ਖੁੱਲੀਆਂ ਕਰਤੀਆਂ ਪੁਲ ਖੁੱਲੇ ਕਰਤੇ ਔਰ ਜ਼ਿਮੀਂਦਾਰਾਂ ਨੂੰ ਹੋਰ ਚੰਗੇ ਚੰਗੇ ਸੁਝਾਅ ਦੇਣ ਦਿਆ ਉਹਨਾਂ ਨੇ ਆਪਣੇ ਪਿੰਡ 'ਚ ਕਿਸੇ ਦੇ ਅੱਗ ਨਹੀਂ ਲੱਗਣ ਦਿੱਤੀ ਹਾਂ ਇਹ ਵੀ ਗੱਲ ਸਹੀ ਆ ਆਹ ਨਿੱਕੀ ਜੀ ਪੱਤੀ ਨੂੰ ਨਿੱਕਾ ਪੁਲ ਬਣਾਇਆ ਕਿਤੇ ਤੜਾ ਪੁਲ ਬਣਾਤਾ ਵੇਖੋ ਹਾਂ ਹਾਂ ਆਹ ਵੇਖੋ ਇੱਟਾਂ ਪਈਆਂ ਅਜੇ ਹੋਰ ਗਲੀ 'ਚ ਸੁਧਾਰ ਕਰ ਰਹੇ ਨੇ ਗਲੀਆਂ ਦੇ ਅੰਗਰੇਜ਼ ਸਿੰਘ ਹਾਂ ਇਹ ਮੰਨਣਾ ਪਊ ਜਨਾਬ ਅੰਗਰੇਜ਼ ਨਾ ਮੰਨਣਾ ਪੈਂਦਾ ਨਾ ਸਰਪੰਚ ਆ ਜੀ
ਆਹ ਜਿਹੜਾ ਕੰਮ ਕਿਹਾ ਕਹਿ ਕੇ ਉਹਨਾਂ ਕੀਤਾ ਵੀ ਆ ਅਣਖਲੇ ਬੰਦੇ ਅਣਖਲੇ ਹਾਂ ਬਿਲਕੁਲ ਸਹੀ ਮੰਗਤ ਆ ਵੀ ਦੇਖੋ ਪੁਲ ਕਿਹੜਾ ਖੁੱਲਾ ਕਰ ਦਿੱਤਾ ਉਹਨਾਂ ਨੇ ਲੈ ਇਹਦੀ ਤੇ ਭਾਵੇਂ ਦੋ ਕਬੈਨਾਂ ਨਿਕਾ ਲਾ ਹਾਂ ਬਿਲਕੁਲ ਬਿਲਕੁਲ ਜੀ ਮੰਗਤ ਰਾਮ ਬਿਠਵਾ ਦਾ ਵਧੀਆ ਸਿਸਟਮ ਬਣਾਤਾ ਹੈ ਸਰਪੰਚ ਮੈਂ ਨਾ ਮਾਰੇ ਮਨ ਖੁਸ਼ ਹੋ ਗਿਆ ਵੇਖ ਕੇ ਹਾਂ ਇਹ ਤੇ ਸਹੀ ਆ ਬਾਕੀ ਗੱਲ ਆ ਵੀ ਜਿੱਥੇ ਸੁਲਝਾ ਹੋਇਆ ਬੰਦਾ ਉੱਥੇ ਸਾਰੇ ਸੁਲਝੀ ਹੋਈਆਂ ਗੱਲਾਂ ਹੋਣੀਆਂ ਹਾਂ ਇਹ ਤਾਂ ਹੈ ਅੰਗਰੇਜ਼ ਕਿਸ ਪੰਛ ਦੇ ਘਰ ਰੋਜ਼ ਦੂਜੇ ਤੀਜੇ ਦਿਨ ਜ਼ਿਮੀਂਦਾਰ ਇਕੱਠੇ ਹੋਏ ਰਹਿੰਦੇ ਆ ਉਹ ਖੇਤੀਬਾੜੀ ਬਾਰੇ ਲੋਕਾਂ ਨੂੰ ਸਮਝਾਉਂਦੇ ਰਹਿੰਦੇ ਉਹ ਚੰਗੇ ਚੰਗੇ ਸੁਝਾਅ ਦਿੰਦੇ ਆ ਵੀ ਇਹਨਾਂ ਨੂੰ ਦੂਜਾ ਅਨਾਰ ਨਾਗ ਲਾਉਣ ਵਾਲੇ ਉਪਜਾਊ ਜਿਹੜੇ ਕੀਟਾਣੂ ਉਹ ਵੀ ਮਰ ਜਾਂਦੇ ਆ ਇੱਕ ਮਿੰਟ ਇੱਕ ਮਿੰਟ ਪਿੱਛੇ ਕਰਾਂ ਭਾਜੀ ਗੱਡੀ ਉਹ ਬੰਦੇ ਦੋ ਇਕੱਠੇ ਹੋਏ ਆ ਮਗਤਰਾ ਮਾੜਾ ਜਿਹਾ ਵੇ ਉਹ ਕੀ ਕਰ ਰਹੇ ਦੁਪਹਿਰੇ ਜਨਾਬ ਅਨਾਰ ਇਕੱਠਾ ਕਰਨਗੇ ਤਾਂ ਅੱਗ ਤੇ ਨਹੀਂ ਲਾਉਣਗੇ ਮੂਰਖ ਮੈਂ ਖੜਦਾ ਇਹਨੂੰ ਇੱਕ ਮਿੰਟ ਰੋਟਾਵੇਟ ਚੱਲੇ ਆ ਰੋਟਾਵੇਟ ਕਿੰਨੀ ਮਹਿੰਗਾਈ ਉਹਨਾਂ ਖਰਚਾ ਕਿੰਨਾ ਇੱਕ ਮਿੰਟ ਬਾਪੂ ਮੇਰੀ ਸੁਣ ਗੱਲ ਤੂੰ ਤੇ ਆ ਤੂੜੀ ਬਣਾ ਲਈ ਆ ਨਾਗਲਾ ਉਹਨਾਂ ਦੀ ਤੂੜੀ ਬਣਾਉਣ ਵਾਲੀ ਆ ਉਹ ਤੋਂ ਅੱਗੇ ਵੇਖ ਉਹਨਾਂ ਦੀ ਕਮਾਦ ਵਾਲੀ ਪੈਲੀ ਆ ਉਹਦੇ ਵਿੱਚ ਕਣਕ ਖਲੋਤੀ ਆ ਤੂੰ ਤੇ ਥੋੜੀ ਜਿਹੀ ਪੈਲੀ ਨੂੰ ਲਾ ਕੇ ਅੱਗ ਦੇ ਘਰ ਚੱਲ ਜਾਏਗਾ ਤੇ ਜਿਹੜੀ ਉਹਨਾਂ ਦੇ ਉਹ ਕੀ ਕਰਨਗੇ ਹੈ ਤੇ ਕਾਕਾ ਏਦਾਂ ਪਰ ਇਹ ਆ ਵੀ ਖਰਚਾ ਬੜਾ ਹੁਣ ਨਿੱਕਾ ਜ਼ਿਮੀਂਦਾਰ ਕਰੂ ਕੀ ਇਹ ਤੇ ਨਾਲ ਕਿੱਧਰ ਨੂੰ ਖੜੂ ਦੇਖੋ ਬਾਪੂ ਜੀ ਅਸੀਂ ਤੁਹਾਡੇ ਭਲਾਈ ਵਾਲਾ ਅਸੀਂ ਵੀ ਜ਼ਿਮੀਂਦਾਰਾਂ ਦੇ ਕਾਕੇ ਆ ਤੁਸੀਂ ਸੋਚਦੇ ਹੋ ਵੀ ਅਸੀਂ ਦੁਪਹਿਰੇ ਅੱਗ ਲਾ ਲੈਂਦੇ ਜਾਂ ਸ਼ਾਮਾਂ ਨੂੰ ਜਾਂ ਅੱਧੀ ਰਾਤ ਨੂੰ ਅੱਗ ਲਾ ਲੈਂਦੇ ਹਾਂ ਸਾਨੂੰ ਖਰੇ ਪਤਾ ਹੀ ਨਹੀਂ ਲੱਗਣਾ ਸਾਨੂੰ ਸਭ ਕੁਝ ਪਤਾ ਲੱਗਦਾ ਵਾ ਸੈਟੇਲਾਈਟ ਤੋਂ ਸਾਰਾ ਕੁਝ ਪਤਾ ਲੱਗ ਜਾਂਦਾ ਵੀ ਤੁਸੀਂ ਕਿੰਨੇ ਵਜੇ ਅੱਗ ਲਾਉਂਦੇ ਹੋ ਕਿਹੜੇ ਥਾਂ ਤੇ ਅੱਗ ਲੱਗੀ ਆ ਇਹ ਨਾ ਸੋਚੋ ਵੀ ਤੁਸੀਂ ਅੱਗ ਲਾ ਕੇ ਘਰ ਨੂੰ ਚੱਲ ਜਾਂਦੇ ਤੁਹਾਨੂੰ ਪਤਾ ਲੱਗਦਾ ਚੱਲੂਗਾ ਤੇ ਜਿਹੜਾ ਦੂਜਾ ਵਾ ਉਹ ਕੀ ਇੱਥੇ ਕਰੂ ਗੱਲ ਤੁਹਾਡੀ ਸਹੀ ਆ ਪਰ ਅਸੀਂ ਕਰੀਏ ਕੀ ਇਹ ਨਾੜ ਦਾ ਤੁਸੀਂ ਇਹ ਮੈਨੂੰ ਦੱਸੋ ਤੁਸੀਂ ਯਾਰ ਤਵੀਆਂ ਫੇਰੋ ਕਲਟੀਵੇਟਰ ਹੋਰ ਸਾਰੇ ਕਿੰਨੇ ਸਨ ਤੇ ਸਰਕਾਰ ਨੇ ਤੁਹਾਡੇ ਵਾਸਤੇ ਲਾਏ ਨਹੀਂ ਫੇਰੀਏ ਪਰ ਤਵੀਆਂ ਫੇਰੀਏ ਕਿੱਥੋਂ ਅਸੀਂ ਲਿਆਈਏ ਕਿੱਥੋਂ ਤਵੀਆਂ ਛੋਟੇ ਜ਼ਿਮੀਂਦਾਰਾਂ ਨਾ ਹੀ ਲਿਆਉਣ ਜੋਗੇ ਸਾਡਾ ਨਹੀਂ ਜੀ ਕਰਦਾ ਵੀ ਜ਼ਮੀਨ ਨੂੰ ਅੱਗ ਲਾ ਕੇ ਅਸੀਂ ਧਰਤੀ ਛਾੜੀਏ ਜਿੱਥੋਂ ਅਸੀਂ ਨਾਜ ਪੈਦਾ ਕਰਦੇ ਹਾਂ ਸਾਡਾ ਜੀ ਕਰਦਾ ਇਹਨੂੰ ਅੱਗ ਲਾਉਣ ਨੂੰ ਉਹਦੇ ਜੀ ਤਾਂ ਨਹੀਂ ਕਰਦਾ ਸਾਡਾ ਜੀ ਨਹੀਂ ਕਰਦਾ ਵੀ ਇਹਨੂੰ ਲਾਉਈਏ ਜੀ ਤਾਂ ਨਹੀਂ ਕਰਦਾ ਤੁਹਾਨੂੰ ਪਤਾ ਵੀ ਕਿੰਨੇ ਉਪਜਾਊ ਤੱਤ ਜਿਹੜੇ ਆ ਉਹ ਖਤਮ ਹੁੰਦੇ ਆ ਅੱਗ ਲਾਉਣ ਨਾਲ ਕਿੰਨਾ ਕੁਝ ਖਤਮ ਹੁੰਦਾ ਪਤਾ ਛੱਡਦੇ ਆ ਪਰ ਤੁਹਾਨੂੰ ਸਾਡੀ ਫਸਲ ਦਾ ਧੂੰਆਂ ਸਾਨੂੰ ਦਿਖਦਾ ਪ੍ਰਦੂਸ਼ਣ ਆ ਪਰ ਇੰਨੀਆਂ ਕੰਪਨੀਆਂ ਚੱਲਣ ਦੀਆਂ ਉਹਨਾਂ ਦਾ ਪ੍ਰਦੂਸ਼ਣ ਨਹੀਂ ਜਿਹਦਾ ਵੀ ਤੁਹਾਨੂੰ ਯਾਰ ਸਾਨੂੰ ਉਤੋਂ ਵਾਰ-ਵਾਰ ਹਦਾਇਤਾਂ ਆਉਂਦੀਆਂ ਵੀ ਦਿੱਲੀ ਦੇ ਵਿੱਚ ਕਿੰਨਾ ਪ੍ਰਦੂਸ਼ਣ ਵੱਧਦਾ ਤੁਸੀਂ ਅੱਗਾਂ ਲਾਉਣੀਆਂ ਸ਼ੁਰੂ ਕਰ ਦਿੰਦੇ ਹੋ ਤਿੰਨ ਕਿਸਾਨਾਂ ਨੇ ਅੱਗ ਲਾਉਣੀ ਆ ਤੇ ਤੁਸੀਂ ਤੁਹਾਨੂੰ ਸਾਡਾ ਪ੍ਰਦੂਸ਼ਣ ਦੇਣ ਡਿਆ ਪਏ ਸਾਡੇ ਤੇ ਕਾਰਵਾਈ ਕਰਨ ਆ ਗਏ ਜੀ ਕਦੇ ਕਿਸਾਨਾਂ ਦੀਆਂ ਹਦਾਇਤਾਂ ਲੈ ਕੇ ਵੀ ਤੁਸੀਂ ਗਏ ਜੇ ਸਰਕਾਰ ਤੱਕ ਬਸ ਕੀ ਹਦਾਇਤਾਂ ਅਸੀਂ ਉਹ ਵੀ ਪਹੁੰਚਾਵਾਂਗੇ ਸਰਕਾਰ ਤੱਕ ਹਦਾਇਤਾਂ ਪਹੁੰਚਾਓ ਵੀ ਅਸੀਂ ਅੱਗ ਦਾ ਕੋਈ ਹੱਲ ਲੱਭੋ ਛੋਟੇ ਜ਼ਿਮੀਂਦਾਰ ਨੂੰ ਵੀ ਕੋਈ ਹੱਲ ਲੱਭੋ ਵੀ ਛੋਟੇ ਜ਼ਿਮੀਂਦਾਰ ਇਹ ਨਾੜ ਨੂੰ ਕੀ ਕਰੇ ਵੇਖੋ ਜੀ ਇਹ ਹੱਲ ਤੁਸੀਂ ਨਹੀਂ ਲੱਭੇ ਆ ਅਸੀਂ ਛੋਟਾ ਜ਼ਿਮੀਂਦਾਰ ਜਾਂਦਾ ਵਾ ਕਿਸੇ ਕੋਲ ਵਾਈ ਕਰਾਉਣ ਲਈ ਗਿਆਨ ਦੀ ਲੋੜ ਵਾ ਤੁਹਾਨੂੰ ਸਰਕਾਰ ਨੂੰ ਅਸੀਂ ਵੀ ਦੱਸਦੇ ਆ ਫੈਕਟਰੀਆਂ ਲੱਗੀਆਂ ਹੋਈਆਂ ਵਾ ਤੁਸੀਂ ਉੱਥੇ ਨਾੜ ਤੁਹਾਡਾ ਮੁੱਲ ਵੀ ਕਹਿੰਦਾ ਤੁਸੀਂ ਕੁਝ ਛੱਡ ਦੇ ਜੇ ਸਾਹਿਬ ਜੀ ਅਧਿਕਾਰੀ ਕੋਈ ਲੈਣ ਹੀ ਨਹੀਂ ਆਉਂਦਾ ਹੁਣ ਆ 2 ਮਹੀਨੇ ਪਏ ਆ ਝੋਨਾ ਲਾਉਣ ਦੇ ਵਿੱਚ ਮਹੀਨਾ ਡੇਢ ਝੋਨਾ ਲਾਉਣ ਦੇ ਵਿੱਚ ਕਿਹੜਾ ਅਧਿਕਾਰੀ ਆਉਂਦਾ ਸਾਨੂੰ ਇਹ ਚੀਜ਼ਾਂ ਸਰਕਾਰ ਨੂੰ ਜਾ ਕੇ ਦੱਸੋ ਨਾ ਵੀ ਇਹ ਤੁਹਾਡਾ ਨਾੜ ਜਿਹੜਾ ਮੇਰੀ ਗੱਲ ਸੁਣੋ ਜਿਹੜਾ ਨਾੜ ਆ ਨਾ ਇਹਨੂੰ ਇਕੱਠਾ ਕਰਕੇ ਇਹ ਫੈਕਟਰੀਆਂ ਦੇ ਵਿੱਚ ਜਿੱਦਾਂ ਸ਼ੂਗਰ ਮਿਲ ਆ ਉਹਦੇ ਵਿੱਚ ਬਾਲਣ ਦੇ ਕੰਮ ਆਉਂਦੀ ਆ ਬਿਜਲੀ ਬਣਾਉਣ ਦੇ ਕੰਮ ਆਉਂਦੀ ਆ ਸਰ ਜੇ ਅਸੀਂ ਇੰਨਾ ਕੁਝ ਕਰਕੇ ਦਈਏ ਤੇ ਸਾਨੂੰ ਬਚੇ ਕੀ ਬਾਪੂ ਜੀ ਦੱਸੋ ਕਣਕ ਇਹਨਾਂ ਨੂੰ ਕਿੰਨੀ ਨਿਕਲੀ ਆ ਜ਼ਿਮੀਂਦਾਰ ਕਣਕ ਤੇ ਨਿਕਲੀਆਂ 7 ਬੋਰੀਆਂ ਤੇ ਉਹ ਵੀ ਘਰੇ ਰੱਖ ਲਈ ਆ 3 ਬੋਰੀਆਂ ਤੇ ਭਾਈ ਸਾਹਿਬ ਜੀ ਵੇਖੋ ਤੁਹਾਨੂੰ ਬਹਿਸ ਤੋਂ ਬਗੈਰ ਕੋਈ ਗੱਲ ਨਹੀਂ ਝਾੜ ਵੇਖੋ ਝਾੜ ਕਿਉਂ ਘੱਟ ਨਿਕਲਦਾ ਤੁਸੀਂ ਅੱਗਾਂ ਲਾ ਲਾ ਕੇ ਜ਼ਮੀਨ ਦਾ ਬੇੜਾ ਗਰ ਕਰ ਛੱਡਿਆ ਜਿਹੜੇ ਮਿੱਤਰ ਕੀੜੇ ਉਹ ਵੀ ਮਰ ਗਏ ਤੇ ਝਾੜ ਕਿੰਨੇ ਨਿਕਲਣ ਬਾਕੀ ਜਨਾਬ ਇਹ ਕਹਿੰਦੇ ਆਮਦਨ ਦੀ ਆਮਦਨ ਘੱਟ ਹੋਣ ਦੀ ਆ ਜਿਸ ਰੇਟ ਤੁਹਾਡਾ ਗੰਨਾ ਜਾਂਦਾ ਨਾ ਸਰਦਾਰ ਜੀ ਗੱਲ ਸੁਣੋ ਧਿਆਨ ਨਾਲ ਜਿਸ ਰੇਟ ਤੁਹਾਡਾ ਗੰਨਾ ਜਾਂਦਾ ਉਸ ਰੇਟ ਤੁਹਾਡੀ ਖੋਈ ਜਾਂਦੀ ਆ ਜੇ ਤੁਸੀਂ ਦਿਮਾਗ ਨਾ ਵਰਤੋ ਤੇ ਸਰ
ਮਾੜੀ ਪਿੰਡ ਚ ਅੱਗ ਲੱਗੀ ਆ। ਉਹ ਵੀ ਕਹਿਣ ਡੇ ਆ ਵੀ ਟ੍ਰਾਂਸਫਾਰਮ ਦੇ ਕਰਕੇ ਅੱਗ ਲੱਗੀ ਆ, ਉਹ ਵੀ ਤੁਹਾਡੇ ਆਉਂ ਕਾਲੇ ਪਏ ਹੋਣੇ ਤਾਂ ਹੀ ਅੱਗ ਲੱਗੀ ਆ। ਮੌਕੇ ਤੇ ਅਸੀਂ ਆਣ ਕੇ ਵੇਖ ਲਿਆ, ਇਹ ਤੇ ਚਲੋ ਅਸੀਂ ਤੁਹਾਡੀ ਗੱਲ ਤੋਂ ਸਹਿਮਤ ਆ, ਅਸੀਂ ਵੀ ਜੱਟ ਦੇ ਪੁੱਤ ਆ, ਸਾਡਾ ਵੀ ਨਾੜ ਆ, ਅਸੀਂ ਵੀ ਅੱਗ ਲਾਉਣ ਨੂੰ ਲਾ ਸਕਦੇ, ਪਰ ਸਾਨੂੰ ਕਹਿੰਦੇ ਤੁਸੀਂ ਲਾਓਗੇ ਤੇ ਬਾਕੀਆਂ ਨੂੰ ਕੀ ਸਮਝਾਓਗੇ? ਅਸੀਂ ਵੀ ਜਿਵੇਂ ਤਰ੍ਹਾਂ ਦੇ ਲੜਕੇ ਆ, ਸਾਡਾ ਜੀ ਨਹੀਂ ਕਰਦਾ ਵੀ ਧਰਤੀ ਨੂੰ ਅੱਗ ਲਾ ਕੇ ਲੂੰ ਦਾ, ਇਹਦੇ ਤੋਂ ਅਸੀਂ ਫਸਲ ਪੈਦਾ ਕਰਦੇ ਆ, ਇਹ ਲੂਹਦੀ ਆ ਤੇ ਸਾਡੀ ਇੱਕ ਲੂਹਦੀ ਆ, ਪਰ ਇਹਦਾ ਕੋਈ ਹੱਲ ਕਰੋ, ਸਰਕਾਰ ਤੱਕ ਪਹੁੰਚਾਓ ਇਹ ਚੀਜ਼ਾਂ। ਵੇਖੋ ਜੀ ਇਹ ਮਸ਼ੀਨਾਂ ਨਿਕਲੀਆਂ ਹੋਈਆਂ ਵਾ, ਸਰਕਾਰ ਅਪੀਲ ਕੀਤੀ ਜਾਊਗੀ ਕਿ ਵੱਧ ਤੋਂ ਵੱਧ ਪਿੰਡਾਂ 'ਚ ਆਉਣ ਤੇ ਛੋਟੇ ਕਿਸਾਨਾਂ ਦੇ ਕੰਮ 'ਚ ਆਉਣ, ਤੇ ਗਾਂ ਤੁਹਾਨੂੰ ਸੁਝਾਅ ਦਿੱਤਾ ਜਾਂਦਾ ਹੈ ਸੋਸਾਇਟੀਆਂ ਦੇ ਵਿੱਚ, ਕੋਈ ਨਹੀਂ ਤੁਹਾਡਾ ਪੂਰਾ ਯੋਗਦਾਨ ਕਰਨਗੇ ਆਣ ਕੇ, ਤੁਸੀਂ ਸਾਨੂੰ ਆਮਦਨ ਲਓ ਇਹਨਾਂ ਤੋਂ, ਇੰਨਾ ਕੰਮ ਹੋ ਜੇ ਤਾਂ ਅਸੀਂ ਅੱਗ ਕਿਉਂ ਲਾਈਏ? ਨਾਲੇ ਤੁਸੀਂ ਅੱਗ ਲਾ ਕੇ ਇੱਕ ਤੇ ਵੇਖੋ ਵਾਤਾਵਰਨ ਖਰਾਬ ਹੁੰਦਾ, ਦੂਜਾ ਕਿਸੇ ਗਰੀਬ ਦੀ ਇੱਕ ਕਿੱਲਾ ਵੀ ਪੈਲੀ ਹੁੰਦੀ ਆ ਉਹ ਸੜ ਜਾਂਦੀ, ਉਹ ਕੀ ਕਰੂਗਾ ਸਾਰਾ ਸਾਲ, ਕਿੱਥੋਂ ਖਾਊਗਾ? ਤੁਸੀਂ ਆਪਣੀ ਤੂੜੀ ਬਣਾ ਕੇ ਤੇ ਅਗਲੇ ਦੀ ਕਣਕ ਖਲੋਤੀ ਕਣਕ ਨੂੰ ਵੀ ਨਾਲ ਹੀ ਫੂਕ ਦਿੰਦੇ। ਇਹ ਕੋਈ ਸ਼ਟਦਾਰ ਜਿਹੜੀ ਲੱਗੀ ਆ ਨਾ, ਇਹ ਕੋਈ ਅਸਮਾਨ ਤੇ ਨਹੀਂ ਲਾਈ, ਇਹ ਤੁਹਾਡੇ ਪਿੰਡਾਂ ਦੇ ਜੀਆਂ ਦੇ ਵਿੱਚ ਸਾਨੂੰ ਰਿਪੋਰਟਾਂ ਜਾਂਦੀਆਂ, ਕੋਈ ਏਦਾਂ ਦੀ ਸੈਟੇਲਾਈਟ ਨਹੀਂ, ਸੈਟੇਲਾਈਟ ਤੁਹਾਡੇ ਨੇੜੇ ਤੇੜੇ ਹੀ ਆ, ਜਿਨ੍ਹਾਂ ਨਾਲ ਤੁਹਾਡੀ ਲੱਗ ਜਾਂਦੀ ਆ ਨਾ ਉਹ ਸੈਟੇਲਾਈਟ ਹੀ ਆ, ਤੁਸੀਂ ਪੈਲੀ ਦੇ ਵਿੱਚ ਭਾਵੇਂ ਓਦਾਂ ਹੀ ਚੱਲ ਜਾਓ, ਉਹ ਸੈਟੇਲਾਈਟ ਨੇ ਵੈਸੇ ਵੀ ਦੱਸ ਦੇਣਾ ਹੁੰਦਾ ਵੀ ਤੁਸੀਂ ਪੈਲੀ ਚੱਲ ਗਏ ਆ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਜਿਹੜੀ ਅਸੀਂ ਫਿਲਮ ਬਣਾਈ ਆ ਨਾੜ ਨੂੰ ਅੱਗ ਲਾਉਣ ਬਾਰੇ, ਇਹਦੇ ਵਿੱਚ ਤੁਸੀਂ ਐਂ ਕਰਨਾ ਵੀ ਜਿਹੜਾ ਵੀ ਅਫਸਰ ਤੁਹਾਡੇ ਕੋਲ ਆਉਂਦਾ ਉਹਦੇ ਨਾਲ ਚੰਗੀ ਤਰੀਕੇ ਨਾਲ ਗੱਲ ਕੀਤੀ ਜਾਵੇ ਤੇ ਆਪਣੇ ਸੁਝਾਅ ਦੱਸੇ ਜਾਣ, ਜਾ ਕੇ ਉਹ ਸਾਡੀ ਸਰਕਾਰ ਤੱਕ ਗੱਲ ਪਹੁੰਚਾਵੇ ਵੀ ਆਹ ਸਾਡੇ ਵਿੱਚ ਜਿਹੜੀਆਂ ਸਮੱਸਿਆਵਾਂ ਉਹਦਾ ਹੱਲ ਕੀਤਾ ਜਾਵੇ। ਵੇਖੋ ਜੀ ਮੈਂ ਗਾਰਡ ਮੰਗਤ ਰਾਮ ਜੋ ਇਸ ਵੇਲੇ ਆਪਣੇ ਪ੍ਰਦੂਸ਼ਣ ਵਾਲਿਆਂ ਨੂੰ ਅਫਸਰ ਬਣ ਕੇ ਇਸ ਫਿਲਮ ਦੇ ਵਿੱਚ ਰੋਲ ਕੀਤਾ ਪ੍ਰਦੂਸ਼ਣ ਵਾਲਾ।